ਕੋਰੋਨਾ ਵਾਇਰਸ ਦੇ ਚੱਲਦਿਆਂ ਜਨਤਾ ਪਰੇਸ਼ਾਨ ਹੈ, ਜ਼ਰੂਰੀ ਚੀਜ਼ਾਂ ਦੀ ਕਿੱਲਤ ਪੈਦਾ ਹੋਣ ਲੱਗੀ ਹੈ ਤਾਂ ਘਰਾਂ 'ਚ ਡੱਕੇ ਲੋਕ ਪਰੇਸ਼ਾਨ ਹੋਣ ਲੱਗੇ ਹਨ। ਪਰ ਇਸ ਦਰਮਿਆਨ ਕੁਝ ਦੁਕਾਨਦਾਰ ਕਾਲਾ ਬਾਜ਼ਾਰੀ ਕਰ ਮੁਨਾਫੇਖੋਰੀ ਤੋਂ ਬਾਜ਼ ਨਹੀਂ ਆ ਰਹੇ। ਬਟਾਲਾ ਵਿੱਚ ਕੁਝ ਅਜਿਹੇ ਨੌਸਰਬਾਜ਼ਾਂ ਤੇ ਕਾਰਵਾਈ ਹੋਈ ਹੈ। 3 ਮੈਡੀਕਲ ਸਟੋਰ ਮਾਲਕਾਂ ਨੂੰ ਚੇਤਾਵਨੀ ਦਿੰਦਿਆਂ 10,000 ਰੁਪਏ ਜੁਰਮਾਨਾ ਕੀਤਾ ਗਿਆ ਹੈ। ਅਸਲ ਵਿੱਚ ਸਥਾਨਕ ਪ੍ਰਸ਼ਾਸਨ ਨੂੰ ਸ਼ਿਕਾਇਤ ਮਿਲੀ ਸੀ ਕਿ ਬਟਾਲਾ ਦੇ 3 ਮੈਡੀਕਲ ਸਟੋਰ, ਮਹਾਜਨ ਮੈਡੀਕਲ ਸਟੋਰ, ਮਾਡਰਨ ਮੈਡੀਕਲ ਸਟੋਰ ਅਤੇ ਰਾਣਾ ਮੈਡੀਕਲ ਸਟੋਰ ਉਹਨਾਂ ਤੋਂ ਤੈਅ ਕੀਤੀ ਕੀਮਤ ਤੋਂ ਵੱਧ ਰੇਟ ਵਸੂਲ ਰਹੇ ਹਨ, ਜਿਸ ਤੇ ਫੌਰੀ ਕਾਰਵਾਈ ਕਰਦਿਆਂ ਪ੍ਰਸ਼ਾਸਨ ਵੱਲੋਂ ਇਹਨਾਂ ਦੇ ਖਿਲਾਫ ਸਖਤ ਐਕਸ਼ਨ ਲੈਂਦਿਆਂ 10,000 ਰੁਪਏ ਜੁਰਮਾਨਾ ਲਾਇਆ ਗਿਆ ਹੈ ਅਤੇ ਅੱਗੋਂ ਵਾਸਤੇ ਅਜਿਹਾ ਕਰਨ ਦੀ ਸੂਰਤ ਵਿੱਚ ਹੋਰ ਸਖਤ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ ਹੈ। ਉਹਦੇ ਸੰਬੰਧ ਵਿੱਚ ਅਸੀਂ ਚੈਕਿੰਗ ਕੀਤੀ ਹੈ ਅਤੇ ਜਿਹੜੀਆਂ 3 ਸਟੋਰਸ ਨੇ ਆਪਾਂ ਉਹਨਾਂ ਨੂੰ ਫਾਈਨ ਕੀਤਾ ਹੋਇਆ, 10,000 ਵੀ ਫਾਈਨ ਕੀਤਾ ਗਿਆ। ਚੀਜ਼ਾਂ ਦੀ ਕਾਲਾਬਾਜ਼ਾਰੀ ਸਮੇਤ ਦੁਕਾਨਦਾਰਾਂ ਵੱਲੋਂ ਵੱਧ ਰੇਟ ਵਸੂਲਣ ਖਿਲਾਫ ਕੀਤੀ ਇਹ ਕਾਰਵਾਈ ਹੋਰਾਂ ਲਈ ਵੀ ਨਜ਼ੀਰ ਸਾਬਤ ਹੋਵੇਗੀ ਤਾਂ ਜੋ ਪਹਿਲਾਂ ਹੀ ਸਤਾਈ ਹੋਈ ਜਨਤਾ ਨੂੰ ਰਾਹਤ ਮਿਲ ਸਕੇ। ਸਿੱਖ ਨਿਊਜ਼ ਐਕਸਪ੍ਰੈਸ ਲਈ ਨਿਤਿਨ ਲੋਥਰਾ, ਬਟਾਲਾ, ਗੁਰਦਾਸਪੁਰ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।